ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਆਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਤੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਬਾਅਦ ਦੇ ਆਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਪਾਸਪੋਰਟ ਬਣਵਾਉਣ ਵਾਲਿਆਂ ਦੇ ਲਈ ਅਹਿਮ ਖਬਰ ਦਫ਼ਤਰ ਨੇ ਜਾਰੀ ਕੀਤੇ ਸਟਾਲ ਤਾਂ ਦੋਸਤੋ 24 ਦਸੰਬਰ ਨੂੰ ਜਲੰਧਰ ਵਿੱਚ ਲੱਗਣ ਵਾਲੇ ਪਾਸਪੋਰਟ ਮੇਲੇ ਦੇ ਲਈ ਅਰੀਜਨਾਲਾ ਪਾਸਪੋਰਟਾ ਦਫ਼ਤਰ ਨੇ ਤਤਕਾਲ ਅਤੇ ਫਰੈਸ਼ ਪਾਸਪੋਰਟ ਦੇ ਸਟਾਲ ਜਾਰੀ ਕਰ ਦਿੱਤੇ ਹਨ। ਜਲੰਧਰ, ਮੋਗਾ, ਫਗਵਾੜਾ, ਹੁਸ਼ਿਆਰਪੁਰ, ਪਠਾਨਕੋਟ ਦੇ ਲਈ ਕਾਲ 2375 ਅਪਾਇੰਟਮੈਂਟ ਅਤੇ ਸਟਾਲ ਜਾਰੀ ਕੀਤੇ ਗਏ ਹਨ। ਪਾਸਪੋਰਟਾ ਦਫ਼ਤਰ ਦੀ ਅਧਿਕਾਰਤ ਵੈੱਬਸਾਈਟ ਤੇ ਬਿਨੈਕਾਰ ਪਾਸਪੋਰਟ ਦੀ ਅਪਾਇੰਟਮੈਂਟ ਲੈ ਸਕਦੇ ਹਨ। ਜੇਕਰ ਕਿਸੇ ਬਿਨੈਕਾਰ ਦੀ ਜਨਵਰੀ ਅਤੇ ਫਰਵਰੀ ਵਿੱਚ ਅਪਾਇੰਟਮੈਂਟ ਹੈ ਤਾਂ ਉਹ ਰੀਸ਼ਡਿਊਲ ਕਰ ਸਕਦੇ ਹਨ। ਬਲਦੇਵ ਸਰਾਂ ਹੀ ਰਹਿਣਗੇ ਪਾਵਰਕਾਮ ਦੇ ਚੇਅਰਮੈਨਾਂ ਸਰਕਾਰ ਨੇ ਕਾਰਜਕਾਲ ਦੇ ਵਿੱਚ ਕੀਤਾ ਵਾਅਦਾ ਜੀ ਹਾਂ ਦੋਸਤੋ ਪਾਵਰਕਾਮ ਦੇ ਸੀਐਮਡੀ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਆਪਣਾ ਕਾਰਜਕਾਲ ਮੁਕੰਮਲ ਕਰਨ ਤੋਂ ਬਾਅਦ ਵੀ ਆਪਣੀ ਸੇਵਾਵਾਂ ਦਿੰਦੇ ਰਹਿਣਗੇ ਬਲਦੇਵ ਸਿੰਘ ਸਰਾਂ ਦੇ ਕਾਰਜਕਾਲ ਦੇ ਵਿੱਚ ਸਰਕਾਰ ਦੇ ਵੱਲੋਂ ਅਣਮਿੱਥੇ ਸਮੇਂ ਦੇ ਲਈ ਵਾਅਦਾ ਕਰ ਦਿੱਤਾ ਹੈ ਜਦੋਂ ਤੱਕ ਪੰਜਾਬ ਸਰਕਾਰ ਅਗਲੇ ਚੇਅਰਮੈਨ ਨੂੰ ਲਗਾਉਣ ਜਾਂ ਫਿਰ ਬਲਦੇਵ ਸਿੰਘ ਸਰਾਂ ਦੇ ਕਾਰਜਕਾਲ ਦੇ ਵਿਚ ਤੈਅ ਸੀਮਾ ਤੱਕ ਵਾਧਾ ਕਰਨ ਸੰਬੰਧੇ ਆਦੇਸ਼ ਜਾਰੀ ਨਹੀਂ ਕਰ ਦਿੰਦੇ ਹ ਤਾਂ ਉਸ ਸਮੇਂ ਤੱਕ ਮੌਜੂਦਾ ਚੇਅਰਮੈਨ ਹੀ ਆਪਣੀ ਸੀਟ ਤੇ ਕਾਇਮ ਰਹਿਣਗੇ ਅਗਲੀ ਖਬਰ ਤੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟੀ ਵਾਲੇ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਅਗਲੀ ਖਬਰ ਆ ਪੀਐਮ ਮੋਦੀ ਨੇ ਕੀਤੀ ਉੱਚ ਪੱਧਰੀ ਮੀਟਿੰਗਾਂ ਲੋਕਾਂ ਨੂੰ 마ਸਕ ਪਹਿਨਣ ਦੀ ਕੀਤੀ اپੀਲ। ਜੀ ਆਂ ਦੋਸਤੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵਿੱਚ ਕੋਵਿਡ-19 ਦੀ ਸਥਿਤੀ ਬਾਰੇ ਅੱਜ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਮਨਸੋਖ ਮੰਡਵਗਾ ਅਤੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿਹਤ ਸਕੱਤਰਾਂ ਨੇ ਹਿੱਸਾ ਲਿਆ। ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਕਾ ਥਾਮਾ ਤੇ ਮਾਸਕ ਪਹਿਨਣ ਟੈਸਟਿੰਗ ਅਤੇ ਜੀਨੋਮਿਕਾ ਕਾਰਮ ਨੂੰ ਵਧਾਉਣ ਦੀ ਅਪੀਲ ਕੀਤੀ। ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਜਾਣਾ ਵੀ ਹੋਇਆ ਮਸਕਲਰ ਰਿਜੈਕਟ ਹੋ ਰਹੀਆਂ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ। ਤਾਂ ਦੋਸਤੋ ਕੈਨੇਡਾ, ਯੂਕੇ ਅਤੇ ਯੂਐਸਏ ਦੇ ਬਾਅਦ ਆਸਟ੍ਰੇਲੀਆ ਵੀ ਭਾਰਤੀ ਵਿਦਿਆਰਥੀਆਂ ਦੀ ਖਾਸ ਕਰਕੇ ਪੰਜਾਬੀਆਂ ਦੀ ਸਿਖਰਲੀ ਸੂਚੀ ਦੇ ਵਿੱਚ ਆ ਤੇ ਉੱਚ ਪੜ੍ਹਾਈ ਕਰਨਾਂ ਦੇ ਲਈ ਭਾਰਤੀ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਆਸਟ੍ਰੇਲੀਆ ਵੀਜ਼ੇ ਲਈ ਅਪਲਾਈ ਕੀਤਾ ਹੈ ਖਾਸ ਕਰਕੇ ਪਿਛਲੇ ਦਸੰਬਰ ਦੇ ਵਿੱਚ ਕੋਵਿਡ ਯਾਤਰਾ ਵਿੱਚ ਟੱਲ ਦੇਣ ਤੋਂ ਬਾਅਦ ਪਿਛਲੇ 1 ਸਾਲ ਤੋਂ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਵੀਜ਼ਾ ਦੇ ਲਈ ਅਰਜ਼ੀਆਂ ਦੇ ਰਹੇ ਹਨ ਪਰ ਆਸਟ੍ਰੇਲੀਆਈ ਇਮੀਗ੍ਰੇਸ਼ਨ ਵਿਭਾਗ ਸ਼ੁਰੂਆਤੀ ਚੰਗੇ ਹੁੰਗਾਰੇ ਤੋਂ ਬਾਅਦ ਬਿਨਾਂ ਕਿਸੇ ਸੇਤਕਜਾ ਕਾਰਨ ਦੇ ਅਰਜ਼ੀਆਂ ਨੂੰ ਰੱਦ ਕਰ ਰਿਹਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਆਸਟ੍ਰੇਲੀਆਈ ਅਧਿਕਾਰੀ ਅਪਾਰਦਰਸ਼ੀ ਜਾਂ ਗੈਰਪਾਰਦਰਸ਼ੀ ਪਰਨਾਲੀ ਅਪਣਾ ਕੇ ਵਿਦਿਆਰਥੀ ਵੀਜ਼ਾ ਰੱਦ ਕਰ ਰਹੇ ਹਨ ਤੇ ਆਸਟ੍ਰੇਲੀਅਨ ਐਜੂਕੇਸ਼ਨ ਵੀਜ਼ਾ ਮਾਹਿਰਾਂ ਦਾ ਕਹਿਣਾ ਹੈ ਕਿ ਵਿਦਿਆਕ ਕੰਸਲਟੈਂਸੀ ਦੇ ਆਪਣੇ ਕਰੀਬਾ 3 ਦਹਾਕਿਆਂ ਦੇ ਤਜਰਬੇ ਦੇ ਵਿੱਚ ਉਹਨਾਂ ਨੇ ਕਦੇ ਵੀ ਆਸਟ੍ਰੇਲੀਅਨ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਅਜਿਹਾ ਕਦਮ ਨਹੀਂ ਦੇਖਿਆ ਜਿੱਥੇ ਕਈ ਵਿਦਿਆਰਥੀ ਵੀਜ਼ੇ ਬਿਨਾਂ ਕਿਸੇ ਕਾਰਨ ਰੱਦ ਕੀਤੇ ਜਾਣ ਭਾਰਤ ਜੋੜੋ ਯਾਤਰਾ ਦੇ ਲਈ ਰਾਜਾ ਬੜਿੰਗ ਨੇ ਸ਼ੁਰੂ ਕੀਤੀ ਲਾਂਬੰਦੀ ਪਾਰਟੀ ਛੱਡਣ ਵਾਲਿਆਂ ਨੂੰ ਜਮ ਕੇ ਲਾਇ ਰਗੜੇ ਯਾਨੋ ਸੋ ਸ਼੍ਰੀ ਮੋਖਸਰ ਸਾਹਿਬ ਦੇਖੇ ਕਾਂਗਰਸ ਵੱਲੋਂ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਅਗਵਾਈ ਦੇ ਹੇਠ ਭਾਰਤ ਜੁੜੋ ਯਾਤਰਾ ਦੇ ਸਬੰਧ ਵਿੱਚ ਜ਼ਿਲ੍ਹਾ ਕਾਂਗਰਸ ਇਕਾਈ ਦੇ ਨਾਲ ਵਿਸ਼ਾਲ ਰੈਲੀ ਕੀਤੀ ਗਈ ਇਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਭਾਰਤ ਜੁੜੋ ਯਾਤਰਾ ਨੂੰ ਲੈ ਕੇ ਚੱਲ ਰਹੇ ਕਾਂਗਰਸ ਪਾਰਟੀ ਦੇ ਵੱਡੇ ਨੇਤਾ ਰਾਹੁਲ ਗਾਂਧੀ ਜੋ ਕਿ ਪੰਜਾਬ ਪਹੁੰਚ ਰਹੇ ਹਨ ਤੇ ਉਨ੍ਹਾਂ ਦੇ ਸਵਾਗਤ ਦੇ ਲਈ ਵੱਡਾ ਇਕੱਠਾ ਕਰਨ ਦੇ ਲਈ ਕਾਂਗਰਸ ਦੇ ਇੱਕ ਇੱਕ ਵਰਕਰਾਂ ਨੂੰ ਲਾਮਬੰਦ ਕੀਤਾ ਇਸ ਮੌਕੇ ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਤਾਜ ਪੋਸ਼ੀ ਵੀ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਰਾਜਾ ਬੜਿੰਗ ਨੇ ਕਾਂਗਰਸ ਪਾਰਟੀ ਨੂੰ ਫਿਰ ਤੋਂ ਮਜ਼ਬੂਤ ਕਰਨ ਦੇ ਲਈ ਵੱਧ ਤੋਂ ਵੱਧ ਲੋਕਾਂ ਨੂੰ ਬਾਰਕਰਾਂ ਨੂੰ ਪ੍ਰੇਰਿਤ ਕੀਤਾ ਤੇ ਰਾਹੁਲ ਗਾਂਧੀ ਦੇ ਭਾਰਤ ਜੋੜੋ ਯਾਤਰਾ ਨੂੰ ਸਫਲ ਬਣਾਉਣ ਦੇ ਲਈ ਰਾਹੁਲ ਗਾਂਧੀ ਦਾ ਸਾਥ ਦੇਣ ਦੀ ਗੱਲ ਆਕੀ। ਸਮੋਕੇ ਰਾਜਾ ਬੜਿੰਗਰੇ ਵੱਲੋਂ ਸਾਬਕਾ ਮੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਤੰਜ ਕੱਸਦਿਆਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਮਰਸ਼ੀਅਲ ਮੱਖ ਮੰਤਰੀ ਸੀ ਜੋ ਕਿ ਆਪਣੇ ਸਵਾਰਥ ਲਈ 4.5 ਸਾਲ ਕੰਮ ਕਰਦੇ ਰਹੇ ਅਤੇ ਬੜਿੰਗ ਨੇ ਕਿਹਾ ਹੈ ਕਿ ਕਾਂਗਰਸ ਇਸ ਕਰਕੇ ਕਮਜ਼ੋਰ ਰਹੀ ਹੈ ਜਿਸ ਵਿੱਚ ਪਹਿਲਾਂ ਰਹੇ ਪ੍ਰਧਾਨ ਆਪਣੇ ਸਵਾਰਥ ਲਈ ਕੰਮ ਕਰਦੇ ਰਹੇ ਅਤੇ ਆਪਣੇ ਪਰਿਵਾਰਵਾਦ ਨੂੰ ਹੀ ਵਧਾਵਾ ਦਿੰਦੇ ਰਹੇ ਸ਼ਹੀਦੇ ਦੇਵਸਾ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੀ ਮੰਗ ਜੀ ਆਂ ਦੋਸਤੋ ਸੈਕਟਰ 9 ਬਾਨ ਸਿਵਾ ਸੁਸਾਇਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਬ ਜਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੇ ਦੇਵਸਾ ਮੌਕੇ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਬੰਦ ਕਰਨ ਬਾਰੇ ਫੈਸਲਾ ਕੀਤਾ ਜਾਵੇ ਸੁਸਾਇਟੀ ਦੇ ਮੌਕਾ ਸਿਵਾਦਾਰ ਮਨਿੰਦਰ ਸਿੰਘ ਆਹੂਜਾ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਪੋਦੇ ਮਹੀਨੇ ਸ਼ੂਟੇ ਸਾਇਬ ਜਾਦਿਆ ਮਾਤਾ ਗੁਜਰੀ ਜੀ ਅਤੇ ਹੋਰ ਸਿੰਘਾਦਿਆਂ ਸ਼ਹੀਦਾਂ ਨੂੰ ਸਿੱਖ ਕੌਮ ਹਮੇਸ਼ਾ ਯਾਦ ਰੱਖਦੀ ਹੈ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹੀਦੇ ਦਿਵਸ ਮੌਕੇ ਸ਼ਹਿਰ ਵਿੱਚ ਸ਼ਰਾਬ ਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਬਾਰੇ ਐਲਾਨ ਕਰੇ। ਦਿੱਲੀ ਵਿੱਚ 1 ਤੋਂ ਲੈ ਕੇ 15 ਜਨਵਰੀ ਤੱਕ ਬੰਦ ਰਹਿਣਗੇ ਸਕੂਲ ਬਾਦੀ ਠੰਡ ਦੇ ਵਿਚਾਲੇ ਕੇਜਰੀਬਾਲ ਸਰਕਾਰ ਦਾ ਐਲਾਨ। ਜੀ ਆਂ ਦੋਸਤੋ ਦਿੱਲੀ ਦੇ ਵਿੱਚ ਦਿਨੋ ਦਿਨ ਪਾਰਾ ਡੈਕ ਦਾ ਜਾ ਰਿਹਾ ਤੇ ਧੁੰਦ ਦੇ ਕਹਿਰ ਤੋਂ ਲੋਕਾਂ ਪਰੇਸ਼ਾਨ ਹਨ ਅਜਾਹੇ ਵਿੱਚ ਦਿੱਲੀ ਸਰਕਾਰ ਨੇ ਹੁਕਮ ਜਾਰੀ ਕੀਤਾ ਹੈ ਕਿ 1 ਜਨਵਰੀ ਤੋਂ ਲੈ ਕੇ 15 ਜਨਵਰੀ 2023 ਤੱਕ ਸਾਰੇ ਸਰਕਾਰੀ ਸਕੂਲ ਬੰਦ ਰਹਿਣਗੇ ਤੇ ਬਾਦੀ ਠੰਡ ਦੇ ਕਾਰਨ ਦਿੱਲੀ ਸਰਕਾਰ ਨੇ ਇਹ ਫੈਸਲਾ ਲਿਆ ਹੈ ਇਹ ਹੁਕਮ ਸਿੱਖਿਆ ਡਾਇਰੈਕਟੋਰੇਟ ਵੱਲੋਂ ਜਾਰੀ ਕੀਤਾ ਗਿਆ ਤੇ 9ਵੀਂ ਤੋਂ 12ਵੀਂ ਜਮਾਤਾਂ ਦੇ ਲਈ 2 ਤੋਂ 14 ਜਨਵਰੀ 2023 ਤੱਕ ਰੈਮੈਡੀਅਲ ਕਲਾਸਾਂ ਆਯੋਜਿਤ ਕੀਤੀਆਂ ਜਾਣਗੀਆਂ ਦਿੱਲੀ ਡਾਇਰੈਕਟੋਰੇਟ ਆਫ ਐਜੂਕੇਸ਼ਨ ਨੇ ਬੱਚਿਆਂ ਦੀ ਛੁੱਟੀ ਨੂੰ ਲੈ ਕੇ ਸਰਕੂਲਰ ਵੀ ਜਾਰੀ ਕੀਤਾ ਹੈ ਸਰਕੂਲਰ ਦੇ ਵਿੱਚ ਲਿਖਿਆ ਗਿਆ ਕਿ ਦਿੱਲੀ ਦੇ ਸਾਰੇ ਸਰਕਾਰੀ ਸਕੂਲ 1 ਤੋਂ ਲੈ ਕੇ 15 ਜਨਵਰੀ ਤੱਕ ਬੰਦ ਰਹਿਣਗੇ ਦੂਜੇ ਪਾਸੇ ਦਿੱਲੀ ਸਰਕਾਰ ਨੇ ਰੈਮੈਡੀਅਲ ਕਲਾਸਾਂ ਦਾ ਆਯੋਜਨ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘਾ ਤੁਮਰ ਬੁੱਲੇ ਵੱਡੇ ਪੱਧਰ ਤੇ ਖਰੀਦਿਆ ਜਾਵੇਗਾ ਮੋਟਾ ਅਨਾਜ ਤਾਂ ਦੋਸਤੋ ਖੇਤੀਬਾੜੀ ਮੰਤਰੀ ਨਰਿੰਦਰ ਸਿੰਘਾ ਤੁਮਰ ਨੇ ਅੱਜ ਕਿਹਾ ਹੈ ਕਿ ਸਰਕਾਰ ਪੋਸਟਿਕਾ ਮੋٹے ਅਨਾਜਾਂ ਦੀ ਵਰਤ ਨੂੰ ਉਤਸ਼ਾਹਿਤ ਕਰਨ ਦੇ ਲਈ ਇਸ ਵਾਰ ਵੱਡੇ ਪੱਧਰ ਤੇ ਇਹਨਾਂ ਦੀ ਖਰੀਦ ਕੀਤੀ ਜਾਵੇਗੀ ਤੁਮਰ ਨੇ ਕਿਹਾ ਹੈ ਕਿ ਇਸ ਦੇ ਲਈ ਸੂਬਿਆਂ ਨੂੰ ਵਿੱਤੀ ਮਦਦ ਉਪਲਬਧ ਕਰਵਾਈ ਜਾਵੇਗੀ ਤੁਮਰ ਨੇ ਇੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਵਿੱਚ ਕਿਹਾ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਐਮਐਸਪੀ ਤੇ ਮੋٹے ਅਨਾਜ ਜਵਾਰ ਬਾਜਰਾ ਰਾਗੀ ਆਦਿ ਦੀ ਖਰੀਦ ਲਈ ਸੁਭਿਆਨੂ ਕੇਂਦਰ ਨੂੰ ਪ੍ਰਸਤਾਵ ਭੇਜਣਾ ਹੋਵੇਗਾ ਤੇ ਉਸ ਦੇ ਆਧਾਰ ਤੇ ਉਹਨਾਂ ਨੂੰ ਰਾਸ਼ੀ ਉਪਲਬਧ ਕਰਵਾਈ ਜਾਵੇਗੀ ਸ਼ਰਾਬ ਫੈਕਟਰੀ ਮਾਮਲਾ ਅੱਜ ਹਾਈ ਕੋਰਟ ਦੇ ਵਿੱਚ ਹੋਵੇਗੀ ਸੁਣਵਾਈ ਸ਼ਾਂਤਮਈ ਮਾਹੌਲ ਦੇ ਵਿੱਚ ਚੱਲ ਰਿਹਾ ਮੋਰਚਾ ਜੀ ਹਾਂ ਦੋਸਤੋ ਪਿੰਡ ਮਨਸੂਰਬਾਲ ਕਲਾਂ ਸਥਿਤ ਮਾਲਬਰੋਜ ਸ਼ਰਾਬ ਫੈਕਟਰੀ ਦਾ ਮਾਮਲਾ ਜਾਉਂਦਾ ਤੈਉ ਹਾਇ ਤੇ ਸ਼ਰਾਬ ਫੈਕਟਰੀ ਦੇ ਅੱਗੇ ਇਲਾਕੇ ਦੇ ਲੋਕਾਂ ਦੇ ਵੱਲੋਂ ਇਸ ਫੈਕਟਰੀ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਇਲਾਕੇ ਦੇ ਲੋਕਾਂ ਦਾ ਦੋਸ਼ ਹੈ ਕਿ ਐਸਾ ਸ਼ਰਾਬ ਫੈਕਟਰੀ ਦੇ ਕਾਰਨ ਉਹਨਾਂ ਦੇ ਏਰੀਆ ਦਾ ਧਰਤੀ ਹੇਠਲਾ ਪਾਣੀ ਖਰਾਬ ਹੋ ਗਿਆ ਅਤੇ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਖਤਰੇ ਵਿੱਚ ਹਨ ਜਦਕਿ ਸ਼ਰਾਬ ਫੈਕਟਰੀ ਦੇ ਮਾਲਕਾਂ ਦੇ ਵੱਲੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਇਸ ਧਾਰਨੇ ਨੂੰ ਚੁਕਵਾਉਣ ਅਤੇ ਫੈਕਟਰੀ ਦਾ ਕੰਮ ਚਾਲੂ ਕਰਵਾਉਣ ਦੇ ਲਈ ਰੈਟ ਦਾਇਰ ਕੀਤਾ ਗਿਆ ਜਿਸ ਵਿੱਚ ਮਾਨਯੋਗ ਹਾਈ ਕੋਰਟ ਨੇ ਸਰਕਾਰ ਨੂੰ 20 ਕਰੋੜ ਦਾ ਜੁਰਮਾਨਾ ਲਗਾਉਂਦੇ ਧਰਨਾ ਸ਼ਰਾਬ ਫੈਕਟਰੀ ਤੋਂ 300 ਕਿਲੋਮੀਟਰ 300 ਮੀਟਰ ਪਿੱਛੇ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ ਪਰ ਧਰਨਾਕਾਰੀਆਂ ਨੇ ਮਾਨਯੋਗ ਹਾਈ ਕੋਰਟ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਐਸਾ ਧਰਨੇ ਨੂੰ 300 ਮੀਟਰ ਪਿੱਛੇ ਕਰਵਾਉਣਾ ਤੇ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਦੇ ਲਈ ਕਾਫੀ ਕੋਸ਼ਿਸ਼ਾਂ ਕੀਤੀ ਗਈ ਪਰ ਮਾਮਲਾ ਜਿਉਂਦਾ ਤਿਉਂ ਹੈ ਤੇ ਇਸ ਕੇਸ ਵਿੱਚ ਹੁਣ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਤੇ ਲੋਕਾਂ ਦੀਆਂ ਮਾਣਯੋਗ ਹਾਈ ਕੋਰਟ ਦੇ ਬੁੱਲ ਸੁਣਵਾਏ। ਇਹ ਸੁਣਾਈ ਜਾਣ ਵਾਲੇ ਫੈਸਲੇ ਨੂੰ ਲੈ ਕੇ ਨਜ਼ਰਾਂ ਟਿਕੀਆਂ ਹੋਈਆਂ ਹਨ। ਬਲੱਡ ਬੈਂਕਾਂ ਦੇ ਕੱਪੜਿਆਂ ਤੇ ਹਾਈ ਕੋਰਟ ਸਖਤ ਪੰਜਾਬ ਸਰਕਾਰ ਨੂੰ ਪਾਈ ਝਾੜ ਮੰਗੀ ਰਿਪੋਰਟ। ਤਾਂ ਦੋਸਤੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੇ ਬਲੱਡ ਬੈਂਕਾਂ ਵਿੱਚ ਹੋਰੇ ਕੱਪੜੇ ਨੂੰ ਲੈ ਕੇ ਇੱਕ ਵਾਰ ਫਿਰ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਫਟਕਾਰ ਲਾਈ ਹੈ ਤੇ ਅਦਾਲਤ ਨੇ ਕਿਹਾ ਹੈ ਕਿ ਦੋਵਾਂ ਸੂਬਿਆਂ ਨੂੰ ਇਸ ਮਾਮਲੇ ਤੇ ਵਿਸਤਾਰਤ ਰਿਪੋਰਟ ਆ ਦੇਣ ਦੇ ਲਈ ਕਈ ਵਾਰ ਕਿਹਾ ਗਿਆ ਹੈ ਪਰ ਸਰਕਾਰਾਂ ਦੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਹੀ ਅਦਾਲਤ ਵਿੱਚ ਪੇਸ਼ ਕਰ ਰਹੀਆਂ ਹਨ ਅਦਾਲਤ ਚਾਹੁੰਦੀ ਹੈ ਕਿ ਇਹ ਦੱਸਿਆ ਜਾਵੇ ਕਿ ਕਿੰਨੇ ਕੇਸ ਦਰਜ ਕੀਤੇ ਗਏ ਹਨ ਤੇ ਕਿੰਨੇ ਹਸਪਤਾਲਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ ਅਤੇ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਹਨ ਤੇ ਅਦਾਲਤ ਨੂੰ ਇਹ ਵੀ ਦੱਸਿਆ ਜਾਵੇ ਕਿ ਜਿਨ੍ਹਾਂ ਹਸਪਤਾਲਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਿਆ ਤੇ ਉਸ ਨੂੰ ਬਾਅਦ ਵਿੱਚ ਕਲੀਨ ਚੈਟ ਕਿਵੇਂ ਦਿੱਤੀ ਗਈ ਪੰਜਾਬ ਰੋਡਵੇਜ਼ ਅਤੇ ਪੀ ਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਆਪਣੀ ਹੜਤਾਲ ਕਰ ਦਿੱਤੀ ਮੁੱਲਤਵੀ ਜੀ ਆਹ ਦੋਸਤੋ ਬੀਤੇ ਕਈ ਦਿਨਾਂ ਤੋਂ ਜਾਰੀ ਪੰਜਾਬ ਰੋਡਵੇਜ਼ ਅਤੇ ਪੀ ਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਆਪਣੀ ਹੜਤਾਲ ਮੁੱਲਤਵੀ ਕਰ ਦਿੱਤੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਰਾਹਤ ਮਿਲੇਗੀ ਦਰਸਲ ਪਿਛਲੇ 5 ਦਿਨਾਂ ਤੋਂ ਸੂਬੇ ਦੇ ਲੋਕਾਂ ਨੂੰ ਸਰਕਾਰੀ ਬਸਾਂ ਦੇ ਨਾ ਚੱਲਣ ਦੇ ਨਾਲ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਵਿੱਤ ਮੰਤਰੀ ਦਾ ਐਲਾਨ 91605033 ਤੇ ਵਟਸਐਪ ਕਰਕੇ ਮਿਲ ਸਕੇਗੀ ਜੀਐਸਟੀ ਦੀ ਜਾਣਕਾਰੀ ਜੀ ਹਾਂ ਦੋਸਤੋ ਵਸਤੂਆਂ ਅਤੇ ਸਿਵਾਮਾ ਕਰ ਜੀਐਸਟੀ ਸੰਬੰਧੀ ਕਰਦਾਤਾਮਾਂ ਦੇ ਸਵਾਲਾਂ ਤੇ ਮੁੱਦਿਆਂ ਦੇ ਹੱਲ ਦੇ ਲਈ ਪੰਜਾਬ ਦੇ ਵਿੱਤ ਆਪਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੇ ਵੱਲੋਂ ਅੱਜ ਇੱਕ ਦੋ ਭਾਸ਼ੀ ਵਟਸਐਪ ਚੈਟਬੋਟ ਕਮ ਹੈਲਪਲਾਈਨ ਨੰਬਰ 91605033 ਜਾਰੀ ਕੀਤਾ ਗਿਆ ਕਰ ਵਿਭਾਗ ਦੇ ਮਹੀਨਾਵਾਰ ਜ਼ਿਲ੍ਹਾ ਪੱਧਰੀ ਸਮਿੱਖਿਆ ਮੀਟਿੰਗ ਦੇ ਦੌਰਾਨ ਇਸ ਸੀਬਾ ਦੀ ਸ਼ੁਰੂਆਤ ਕਰਦੇ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਕੋਈ ਵੀ ਵਿਅਕਤੀ GRT ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਲੈਣ ਦੇ ਲਈ ਪੰਜਾਬੀ ਜਾਂ ਅੰਗਰੇਜ਼ੀ ਦੇ ਵਿੱਚ ਇਸ ਚੈਟਬੋਟ ਤੇ WhatsApp ਕਰ ਸਕਦਾ ਹੈ ਤੇ ਉਨ੍ਹਾਂ ਨੇ ਕਿਹਾ ਹੈ ਕਿ ਇਹ ਪਹਿਲ ਕਦਮੇ ਫੀਡਬੈਕ ਵਿਧਿਨ ਮਜ਼ਬੂਤ ਕਰਨ ਦੇ ਨਾਂ ਨਾਲ ਕਰਦਾ ਤਮਨੁਸਿਵਾਮਾਂ ਦੀ ਸਪਲਾਈ ਨੂੰ ਆਸਾਨ ਬਣਾਉਣ ਦੇ ਨੀਤੀ ਦੇ ਤਹਿਤ ਸ਼ੁਰੂ ਕੀਤੀ ਗਈ ਹੈ ਬਜਟਾ ਹੋਵੇ ਤਾਂ ਮਾਫਤ ਸਕੀਮਾਂ ਤੇ ਕੋਈ ਸਵਾਲ ਨਹੀਂ ਉਠਾਉਂਦਾ ਪਰ ਪਾਰਦਰਸ਼ੀ ਹੋਣਾ ਜ਼ਰੂਰੀ ਵਿੱਤ ਮੰਤਰੀ ਯਾਹ ਦੋਸਤੋ ਕੇਂਦਰੀ ਵệਤ ਮੰਤਰੀ ਨਰਮਲਾ ਸੀਤਾਰਾਮਨ ਨੇ ਕਿਹਾ ਕਿ ਸਬਸਿਡੀ ਅਤੇ ਮੁਫਤ ਸਕੀਮਾਂ ਨੂੰ ਟੱਕਮਾ ਬਣਾਇਆ ਜਾਣਾ ਚਾਹੀਦਾ ਹੈ। ਇਹਨਾਂ ਸਕੀਮਾਂ ਤੇ ਸੂਬਾ ਸਰਕਾਰਾਂ ਬਾਰੇ ਉਹਨਾਂ ਨੇ ਕਿਹਾ ਹੈ ਕਿ ਜੇ ਤੁਸੀਂ ਇਸ ਨੂੰ ਆਪਣੇ ਬਜਟ ਵਿੱਚ ਰੱਖ ਸਕਦੇ ਹੋ ਅਤੇ ਇਸਦੇ ਲਈ ਵਿਵਸਥਾ ਕਰ ਸਕਦੇ ਹੋ ਜੇ ਤੁਹਾਡੇ ਕੋਲ ਮਾਲੀਆ ਹੈ ਅਤੇ ਤੁਸੀਂ ਪੈਸਾ ਦਿੰਦੇ ਹੋ ਤਾਂ ਕਿਸੇ ਨੂੰ ਇਤਰਾਜ਼ ਕਿਉਂ ਹੋਵੇਗਾ? ਸਿੱਖਿਆ, ਸਿਹਤ ਅਤੇ ਕਿਸਾਨਾਂ ਨੂੰ ਦਿੱਤੀਆਂ ਗਈਆਂ ਕਈ ਸਬਸਿਡੀਆਂ ਪੂਰੀ ਤਰ੍ਹਾਂ ਜਾਇਜ਼ ਹਨ। ਉਹਨਾਂ ਨੇ ਕਿਹਾ ਕਿ ਮੀਡੀਆ ਦੇ ਵਿੱਚ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਕਿ ਇੱਕ ਸੂਬਾ ਸਰਕਾਰ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਂ ਸਿਰ ਦੇਣ ਤੋਂ ਆਸਮਰੱਥ ਹੈ ਅਤੇ ਮੁਲਾਜ਼ਮਾ ਰੋਸ ਪ੍ਰਦਰਸ਼ਨ ਕਰ ਰਹੇ ਹਨ ਤੇ ਇਹ ਸ਼ਾਇਦ ਇਸ ਲਈ ਹੈ ਕਿਉਂਕਿ ਪੈਸੇ ਦੀ ਭਰਤ ਉਹ ਦੇਸ਼ ਭਰ ਦੇ ਵਿੱਚ ਬਹੁਤ ਸਾਰੇ ਬੱਕ-ਬੱਕ ਇਸ਼ਤਿਹਾਰ ਲਗਾਉਣ ਦੇ ਲਈ ਕੀਤੀ ਜਾ ਰਹੀ ਹੈ ਇਹ ਸਮਝਣਾ ਮਹੱਤਵਪੂਰਨ ਹੈ ਕਿ ਜਰੂਰ ਤੁਸੀਂ ਆਪਣੇ ਢੰਗਾਂ ਦੇ ਵਿੱਚ ਪਾਰਦਰਸ਼ੀ ਹੁੰਦੇ ਹੋ ਤਾਂ ਇਸ ਵਿੱਚ ਕੋਈ ਬਹਿਸ ਨਹੀਂ ਹੁੰਦੀ ਮਫਤ ਯੋਜਨਾਵਾਂ ਕੇਂਦਰੀ ਵਤ ਮੰਤਰੀ ਨਰਮਲਾ ਸੀਤਾਰਮਨ ਨੇ ਰਾਸਭਰ ਵਿੱਚ ਕਿਹਾ ਕਿ ਅਸੀਂ ਸਰਪਾਰਦਰਸ਼ਤਾ ਅਤੇ ਵਿਧਾਨਕ ਵਿੱਤੀ ਨਿਯਮਾਂ ਦੀ ਪਾਲਣਾ ਚਾਹੁੰਦੇ ਹਾਂ ਇਹ ਦਾਅਵਾ ਕਰਦੋਏ ਕੋਵਿਡਾ ਮਹਾਮਾਰੀ ਦੇ ਦੌਰਾਨ ਸਰਕਾਰ ਦੁਆਰਾ ਦਿੱਤੀ ਗਈ ਟੀਜਾ ਬਦ ਰਹਾਤ ਕਾਰਨ ਭਾਰਤ ਦੀ ਅਰਥਵਿਵਸਥਾ ਮੰਦੀ ਵਿੱਚ ਨਹੀਂ ਗਈ ਹੈ ਵਿੱਤ ਮੰਤਰੀ ਨਰਮਲਾ ਸੀਤਾਰਮਨ ਨੇ ਵੱਧobar ਨੂੰ ਕਾਰਪੋਰੇਟ ਸੈਕਟਰ ਨੂੰ ਟੈਕਸ ਰਾਹਤ ਦੇਨ ਦੇ ਨੀਤੀ ਦਾ ਬਚਾਅ ਕੀਤਾ ਅਤੇ ਕਿਹਾ ਹੈ ਕਿ ਇਹ ਰਾਹਤ ਨੂੰ ਕੋਈ ਵੀ ਤੂਫਾਨ ਨਹੀਂ ਆਤੇ ਇਹ ਸੈਕਟਰ ਪਰ ਨਿਰਮਾਣ ਖੇਤਰ ਨੂੰ ਉਤਸ਼ਾਹਿਤ ਕਰਨ ਦੇ